ਹਾਥੀ ਵਾਲਾ ਆ ਗਿਆ, ਹਾਥੀ ਵਾਲਾ ਜਿੱਤੇਗਾ, ਹਾਥੀ ਵਾਲਾ ਜਿੱਤੇਗਾ, ਜਿੰਦਾਬਾਦ 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 ਜਿੰਦਾਬਾਦ, ਹਾਥੀ ਵਾਲਾ ਆ ਗਿਆ, ਹਾਥੀ ਵਾਲਾ ਆ ਗਿਆ, ਹਾਥੀ ਵਾਲਾ ਆ ਗਿਆ, ਹਾਥੀ ਵਾਲਾ ਜਿੱਤੇਗਾ, ਜਿੱਤੇਗਾ ਬੇ ਜਿੱਤੇਗਾ, ਹਾਥੀ ਵਾਲਾ ਜਿੱਤੇਗਾ, ਜਿੱਤੇਗਾ ਬੇ ਜਿੱਤੇਗਾ, ਹਾਥੀ ਵਾਲਾ ਜਿੱਤੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਨੀਤ ਸਿੰਘ ਚੀਮਾ, ਤੁਸੀਂ ਵੇਖ ਰਹੇ ਹੋ GBC ਅਪਡੇਟ। ਔਰ ਅੱਜ ਦੀ ਜਿਹੜੀ ਤਾਜ਼ਾ ਖਬਰ ਹੈ, ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਵਾਸਤੇ ਬਹੁਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਰਣਜੀਤ ਜੀ ਨੂੰ ਟਿਕਟ ਦੇ ਦਿੱਤੀ ਗਈ ਹੈ, ਅਨਾਊਂਸ ਹੋ ਚੁੱਕਿਆ ਹੈ, ਅਤੇ ਐਡਵੋਕੇਟ ਰਣਜੀਤ ਜੀ ਹੁਸ਼ਿਆਰਪੁਰ ਪਹੁੰਚ ਚੁੱਕੇ ਨੇ। ਅਸਲ ਨਾਲ ਗੱਲਬਾਤ ਕਰ ਰਹੇ ਹਾਂ ਆਪਾਂ ਹੁਸ਼ਿਆਰ ਪਹੁੰਚੇ। ਬਹੁਜਨ ਸਮਾਜ ਪਾਰਟੀ ਜਿੰਦਾ। ਹਾਂਜੀ ਸਰ, ਕੀ ਕਹਿਣਾ ਕੀ ਕਹਿਣਾ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਮੌਕੇ ਤੇ? ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਜੀ? ਤੁਹਾਡੇ ਸਾਥ ਹੈ, ਆ ਗਿਆ ਜੀ, ਆ ਗਿਆ, ਹਾਕੀ ਵਾਲਾ ਆ ਗਿਆ। ਨਹੀਂ ਏਦਾਂ ਆ ਵੀ ਬਹੁਜਨ ਸਮਾਜ ਪਾਰਟੀ ਵੱਲੋਂ ਪਹਿਲਾਂ ਜੋ ਟਿਕਟ ਹੈ ਰਕੇਸ਼ ਕੁਮਾਰ ਸੁਮਨ ਜੀ ਨੂੰ ਦਿੱਤੀ ਗਈ ਸੀ। ਰਕੇਸ਼ ਕੁਮਾਰ ਸੁਮਨ ਜੀ ਦੇ ਜਿਹੜੇ ਦਸਤਾਵੇਜ਼ ਸੀਗੇ, ਵੋਟਾਂ ਦੇ ਜਿਹੜੇ ਦਸਤਾਵੇਜ਼ ਸੀਗੇ, ਉਹ ਦਸਤਾਵੇਜ਼ਾਂ ਦੇ ਵਿੱਚ ਤਕਨੀਕੀ ਰੂਪ 'ਚ ਗਲਤੀਆਂ ਸਨ, ਤਾਂ ਉਹ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਵਿੱਚ ਉਹ ਯੋਗ ਉਮੀਦਵਾਰ ਬਣ ਨਹੀਂ ਸਕਦੇ ਸੀ, ਜਿਸ ਕਰਕੇ ਪਾਰਟੀ ਵੱਲੋਂ ਉਹਨਾਂ ਨੂੰ ਨੁਮਾਇੰਦਗੀ ਉਹਨਾਂ ਦੀ ਜਿਹੜੀ ਹੈ ਉਹ ਕੈਂਸਲ ਕਰ ਦਿੱਤੀ ਗਈ ਪਾਰਟੀ ਵੱਲੋਂ। ਔਰ ਉਸ ਤੋਂ ਬਾਅਦ ਪਾਰਟੀ ਇਸ ਬਾਰੇ ਵਿਚਾਰ ਕਰ ਰਹੀ ਸੀ ਕੈਂਡੀਡੇਟ ਕਿਹਨੂੰ ਬਣਾਇਆ ਜਾਵੇ, ਲੇਕਿਨ ਲੋਕ ਸਭਾ ਹਲਕੇ ਦੇ ਜਿੰਨੇ ਵੀ ਸਾਡੇ ਵਰਕਰ ਸਾਹਿਬਾਨ ਨੇ, ਵਿਧਾਨ ਸਭਾਵਾਂ ਦੇ ਸੈਕਟਰਾਂ ਦੇ ਬੂਥਾਂ ਦੇ ਜਿੰਨੇ ਵੀ ਵੋਟਰ ਸਾਹਿਬਾਨ ਨੇ, ਵਰਕਰ ਸਾਹਿਬਾਨ ਨੇ, ਉਹਨਾਂ ਸਾਰਿਆਂ ਨੇ ਮੇਰੇ ਕੋਲ ਤਜਵੀਜ਼ ਰੱਖੀ ਵੀ ਤੁਸੀਂ ਪਾਰਟੀ ਦੀ ਨੁਮਾਇੰਦਗੀ ਲੋਕ ਸਭਾ ਹਲਕੇ ਤੋਂ ਕਰੋ। ਔਰ ਜਿਸ ਦੇ ਨਤੀਜੇ ਵਜੋਂ ਮੈਂ ਵਰਕਰਾਂ ਦਾ ਕਹਿਣਾ ਮੋੜ ਨਹੀਂ ਸਕਦਾ, ਅਸੀਂ ਵਰਕਰ ਦੇ ਪਾਰਟੀ ਜਿਹੜੀ ਹੈ ਸਾਡੀ ਵਰਕਰ ਬੇਸਡ ਪਾਰਟੀ ਹੈ, ਸਾਡੇ ਕੋਲ ਪੈਸਾ ਨਹੀਂ ਹੈਗਾ, ਸਾਡੇ ਕੋਲ ਕਰੋੜਾਂ ਪਿਆ ਨਹੀਂ ਹੈ, ਸਾਡੇ ਕੋਲ ਮੀਡੀਆ ਨਹੀਂ ਹੈ, ਸਾਡੇ ਕੋਈ ਹੋਰ ਤਾਕਤ ਨਹੀਂ ਹੈ, ਰਾਜੇ ਰਜਵਾੜੇ ਨਹੀਂ ਹੈ, ਗਰੀਬ ਲੋਕ ਹਾਂ ਅਸੀਂ। ਔਰ ਗਰੀਬ ਲੋਕਾਂ ਦੀ ਪਾਰਟੀ ਦੇ ਵਿੱਚ ਜਿਹੜੀ ਸਾਡੇ ਕੋਲ ਤਾਕਤ ਹੈ ਉਹ ਵਰਕਰਾਂ ਦੀ ਤਾਕਤ ਹੈ। ਔਰ ਵਰਕਰ ਸਾਹਿਬਾਨ ਦੀ ਜਦੋਂ ਮੇਰੇ 'ਤੇ ਇੰਨੀ ਜ਼ਿਆਦਾ ਉਹਨਾਂ ਨੇ ਮੈਨੂੰ ਪਿਆਰ ਦਰਸਾਇਆ ਔਰ ਮੈਨੂੰ ਕਿਹਾ ਕਿ ਤੁਸੀਂ ਇਸ ਵਕਤ ਪਾਰਟੀ ਦੀ ਇਸ ਘੜੀ ਦੇ ਵਿੱਚ ਤੁਸੀਂ ਪਾਰਟੀ ਦਾ ਸਾਥ ਦਿਓ, ਤਾਂ ਮੈਂ ਪਾਰਟੀ ਦੇ ਵਿੱਚ ਅੱਜ ਟਿਕਟ ਅਪਲਾਈ ਕਰਕੇ ਆਇਆ ਔਰ ਪਾਰਟੀ ਨੂੰ ਆਪਣੀ ਜਿਹੜੀ ਆ ਨੁਮਾਇੰਦਗੀ ਵਾਸਤੇ ਮੈਂ ਅਪੀਲ ਕੀਤੀ ਹੈ। ਔਰ ਮੈਨੂੰ ਮਾਨਯੋਗ ਰਣਜੀਤ ਸਿੰਘ ਬੈਨੀਵਾਲ ਸਾਹਿਬ ਔਰ ਮਾਨਯੋਗ ਜਸਵੀਰ ਸਿੰਘ ਗੜੀ ਸਾਹਿਬ ਔਰ ਇਹਨਾਂ ਸਾਰਿਆਂ ਨੇ ਪੂਰਾ ਭਰੋਸਾ ਦਵਾਇਆ ਕਿ ਆਪ ਜੀ ਦੀ ਨੁਮਾਇੰਦਗੀ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਹੁਸ਼ਿਆਰਪੁਰ ਦਾ ਮੈਂ ਹੀ ਉਮੀਦਵਾਰ ਹੋਵਾਂਗਾ। ਸਰ ਟਾਈਮ ਵੀ ਥੋੜ੍ਹਾ ਰਹਿ ਗਿਆ ਵੋਟਾਂ ਦੇ ਵਿੱਚ, 1 ਜੂਨ ਨੂੰ ਵੋਟਾਂ ਹੋਣੀਆਂ ਨੇ, ਔਰ ਕਿਵੇਂ ਸਰ ਲਾਮਬੰਦ ਕਰੋਗੇ ਪਬਲਿਕ? ਦੇਖੋ, ਸਾਡੀ ਪਾਰਟੀ ਦਾ ਵਰਕਰ ਪੂਰੀ ਦੁਨੀਆ 'ਚ ਮਸ਼ਹੂਰ ਹੈ, ਸਾਡੇ ਲਈ ਇਹ 20 ਦਿਨ ਨਹੀਂ ਹੈ, ਅਸੀਂ ਇਹਨੂੰ 40 ਦਿਨ ਬਣਾਉਣਾ, 24-24 ਘੰਟੇ ਅਸੀਂ ਕੰਮ ਕਰਾਂਗੇ ਔਰ ਸ਼ਿਫਟਾਂ ਦੇ ਵਿੱਚ ਅਸੀਂ ਕੰਮ ਕਰਾਂਗੇ ਔਰ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਸਾਨੂੰ ਧਨ ਬਲ ਦੀ ਲੋੜ ਨਹੀਂ ਹੈ, ਸਾਨੂੰ ਕਿਸੇ ਧਰਮ ਦੀ ਰਾਜਨੀਤੀ ਦੀ ਲੋੜ ਨਹੀਂ ਹੈ,
ਸਾਨੂੰ ਕਿਸੇ ਇੰਡਸਟਰੀ ਧਨਵਾਨਾਂ ਦੀ ਕਿਸੇ ਦੀ ਸਾਨੂੰ ਲੋੜ ਨਹੀਂ ਹੈ। ਔਰ ਵਰਕਰਾਂ ਨੇ ਇਲੈਕਸ਼ਨ ਅਸੀਂ ਅੱਗੇ ਵੀ ਇੱਥੋਂ ਜਿੱਤੇ ਹਾਂ, ਇੱਥੋਂ ਬਾਬਾ ਸਾਹਿਬ ਅੰਬੇਦਕਰ ਦੇ ਬੇਟੇ ਯਸ਼ਵੰਤ ਰਾਏ ਜੀ ਅੰਬੇਦਕਰ ਲੜੇ ਆ, ਇੱਥੋਂ ਭੈਣ ਮਾਇਆਵਤੀ ਜੀ ਸਾਡੇ ਇੱਥੋਂ ਲੜੇ ਆ, ਸਾਹਿਬ ਕਾਸ਼ੀ ਰਾਮ ਜੀ ਇੱਥੋਂ ਲੜੇ ਆ, ਔਰ ਵਰਕਰ ਸਾਡਾ ਪੂਰੀ ਤਰ੍ਹਾਂ ਟ੍ਰੇਨਡ ਹੈ ਔਰ ਤਿਆਰ ਹੈ। ਜੇ ਐਮ ਪੀ ਦੀ ਸੀਟ ਜਿੱਤਦੇ ਹੋ ਤਾਂ ਸਰ ਪਹਿਲੇ 5 ਕੰਮ ਕੀ ਹੋਣਗੇ ਤੁਹਾਡੇ? ਦੇਖੋ ਜੀ, ਸਭ ਤੋਂ ਪਹਿਲਾਂ ਐਮ ਪੀ ਦਾ ਕੰਮ ਹੈ ਕਿ ਇਸ ਦੇਸ਼ ਵਿੱਚ ਸੰਵਿਧਾਨਕ ਵਿਵਸਥਾ ਲਾਗੂ ਰਹੇ, ਤਾਂ ਕਿ ਇਸ ਦੇਸ਼ ਦੇ ਵਿੱਚ ਹਰ ਧਰਮ ਜਾਤੀ ਦੇ ਲੋਕ ਖੁਸ਼ੀ ਨਾਲ ਸ਼ਾਂਤੀ ਨਾਲ ਰਹਿਣ, ਉਹ ਤਰੱਕੀ ਕਰਨ ਦੇ ਉਹਨਾਂ ਨੂੰ ਬਰਾਬਰ ਦੇ ਮੌਕੇ ਮਿਲਣ। ਇਹ ਨਹੀਂ ਹੈ ਕਿ ਅਡਾਨੀ ਅੰਬਾਨੀ ਦੇ ਤੁਸੀਂ ਘਰ ਭਰੀ ਜਾਓ, ਇਹ ਨਹੀਂ ਕਿ ਸ਼ਰਾਬ ਵਪਾਰੀਆਂ ਦੇ ਤੁਸੀਂ ਘਰ ਭਰੀ ਜਾਓ, ਇਹ ਨਹੀਂ ਕਿ ਡਰੱਗ ਵਪਾਰੀਆਂ ਦੇ ਤੁਸੀਂ ਘਰ ਭਰੀ ਜਾਓ। ਜੇ ਬਸਪਾ ਦੇ ਸਰਕਾਰ ਬਣਦੀ ਹੈ ਔਰ ਬਸਪਾ ਸੱਤਾ ਦੇ ਵਿੱਚ ਕਿਸੇ ਰੂਪ 'ਚ ਵੀ ਆਉਂਦੀ ਹੈ ਤਾਂ ਸਾਡੀ ਪਹਿਲੀ ਕੋਸ਼ਿਸ਼ ਹੋਊਗੀ ਕਿ ਇਸ ਦੇਸ਼ ਦੇ ਵਿੱਚ ਜਿਹੜੇ ਹਾਸ਼ੀਆਗਤ ਲੋਕ ਨੇ, ਘੱਟ ਗਿਣਤੀ ਦੇ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਦਾ ਹੱਕ ਬਣਦਾ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ। ਅਤੇ ਕਿਸਾਨਾਂ ਨਾਲ ਜਿਹੜੀ ਧੱਕੇਸ਼ਾਹੀਆਂ ਹੋ ਰਹੀਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋ? ਦੇਖੋ, ਕਿਸਾਨ ਅੰਨ ਪ੍ਰੋਡਿਊਸ ਕਰਦਾ ਔਰ ਪੂਰੇ ਭਾਰਤ ਦੇ ਲੋਕਾਂ ਦਾ 140 ਕਰੋੜ ਲੋਕਾਂ ਦਾ ਢਿੱਡ ਭਰਦਾ, ਲੇਕਿਨ ਸਰਕਾਰ ਦੀਆਂ ਅਜਿਹੀਆਂ ਪਾਲਿਸੀਆਂ ਹਨ ਕਿ ਉਹ ਕਿਸਾਨ ਆਪ ਭੁੱਖਾ ਰਹਿਣ ਨੂੰ ਮਜਬੂਰ ਹੈ। ਔਰ ਇਸ ਦੇਸ਼ ਦੀ ਜਿਹੜੀ ਧਨ ਦੌਲਤ ਹੈ ਉਹ ਸਿਰਫ 1% ਲੋਕ ਸਾਂਭ ਕੇ ਬੈਠੇ ਆ ਔਰ ਕਿਸਾਨਾਂ ਨਾਲ ਵਿਤਕਰਾ ਹੋ ਰਿਹਾ। ਤੋ ਅਸੀਂ ਚਾਹਾਂਗੇ ਜੇਕਰ ਸਾਨੂੰ ਕਿਤੇ ਮੌਕਾ ਮਿਲਦਾ ਹੈ ਕੰਮ ਕਰਨ ਨੂੰ ਤਾਂ ਸਾਡੀ ਪਹਿਲੀ ਕੋਸ਼ਿਸ਼ ਹੋਈ ਕਿਸਾਨਾਂ ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਉਹ ਡਿਮਾਂਡ ਕਰਦੇ ਆ ਉਹ ਅਸੀਂ ਉਹਨਾਂ ਨੂੰ ਜ਼ਰੂਰ ਦੇਈਏ ਤਾਂ ਕਿ ਕਿਸਾਨ ਜਿਹੜੇ ਆ ਖੁਸ਼ਹਾਲ ਹੋਣ। ਔਰ ਜਿੱਦਾਂ ਖਾਦਾਂ ਆ ਜਾਂ ਬੀਜ ਹੈ ਉਹਨਾਂ ਦੇ ਵੀ ਲੈ ਕੇ ਵੀ ਉਹਨਾਂ ਦੀ ਮਾਰਕੀਟ ਜਿਹੜੀ ਪ੍ਰੋਡਿਊਸ ਤਿਆਰ ਹੁੰਦੀ ਹੈ ਉਸ ਪ੍ਰੋਡਿਊਸ ਨੂੰ ਮਾਰਕੀਟ ਵਿੱਚ ਕਿੱਦਾਂ ਵੇਚਣਾ, ਘਰ ਘਰ ਕਿੱਦਾਂ ਪਹੁੰਚਾਉਣਾ, ਜਿਹੜੇ ਵਿਚੋਲੀਏ ਵਿੱਚੋਂ ਖਤਮ ਕਰਨੇ ਆ। ਅੱਜ ਇੱਕ ਵਿਚੋਲੀਆ ਜਿਹੜਾ ਆ ਉਹ ਸਬਜ਼ੀ ਕਿਸਾਨ ਕੋਲੋਂ ਲੈ ਕੇ ਕਰੋੜਪਤੀ ਬਣ ਜਾਂਦਾ, ਲੇਕਿਨ ਕਿਸਾਨ ਦੇ ਘਰ ਦਾ ਚੁੱਲ੍ਹਾ ਜਿਹੜਾ ਉਹ ਬੁਝਿਆ ਹੀ ਰਹਿ ਜਾਂਦਾ। ਉਹ ਵਿਚੋਲੀਏ ਦੀ ਪਰੰਪਰਾ ਨੂੰ ਖਤਮ ਕੀਤਾ ਜਾਵੇ ਤਾਂ ਕਿ ਕਿਸਾਨ ਨੂੰ ਉਸਦੀ ਫਸਲ ਦਾ ਜਿਹੜਾ ਬਣਦਾ ਮੁੱਲ ਆ ਉਹ ਉਹਨੂੰ ਮਿਲੇ ਅਤੇ ਉਹਦੇ ਜੀਵਨ ਦੇ ਵਿੱਚ ਤਰੱਕੀ ਹੋਵੇ। ਔਰ ਅਗਲਾ ਕੰਮ ਜਿਹੜਾ ਅਸੀਂ ਬਹੁਜਨ ਸਮਾਜ ਪਾਰਟੀ ਸੋਚਦੀ ਹੈ ਉਹ ਇਹ ਆ ਕਿ ਇਹ ਦੇਸ਼ ਇੰਨਾ ਖੂਬਸੂਰਤ ਦੇਸ਼ ਹੈ, ਇਹਦੇ ਵਿੱਚ ਸਾਧਨਾਂ ਦੀ ਕੋਈ ਕਮੀ ਨਹੀਂ ਹੈ, ਲੇਕਿਨ ਫਿਰ ਵੀ ਸਾਡਾ ਨੌਜਵਾਨ ਜਿਨ੍ਹਾਂ ਅੰਗਰੇਜ਼ਾਂ ਨੂੰ ਅਸੀਂ ਇੱਥੋਂ ਕੁੱਟ ਕੇ ਗੋਲੀਆਂ ਮਾਰ ਕੇ ਫਾਂਸੀਆਂ ਚੜ੍ਹ ਕੇ ਘਰੋਂ ਕੱਢਿਆ, ਇਸ ਮੁਲਕ 'ਚੋਂ ਉਸ ਦੇਸ਼ 'ਚ ਜਾ ਕੇ ਸਾਡੇ ਲੋਕ ਮਜ਼ਦੂਰੀ ਕਰਨ ਨੂੰ ਮਜਬੂਰ ਹੈ, ਇਹ ਸਾਡੇ ਲਈ ਬੜੀ ਮੰਦਭਾਗੀ ਗੱਲ ਹੈ। ਉਹ ਦੇਸ਼ ਦੇ ਵਿੱਚ ਜੇ ਉਦਯੋਗ ਕਾਰੋਬਾਰ ਜੇ ਤਰੀਕੇ ਸਿਰ ਚਲਾਏ ਜਾਣ, ਉਹਨਾਂ ਦੀ ਵੰਡ ਬਰਾਬਰ ਕੀਤੀ ਜਾਵੇ ਤਾਂ ਸਾਡੇ ਦੇਸ਼ ਦੇ ਨੌਜਵਾਨ ਨੂੰ ਵਿਦੇਸ਼ਾਂ ਜਾ ਕੇ ਦਿਹਾੜੀਆਂ ਕਰਨ ਦੀ ਲੋੜ ਨਹੀਂ ਹੈ। ਹੁਸ਼ਿਆਰਪੁਰ ਵਾਸੀਆਂ ਕੋਈ ਅਪੀਲ ਕਰਨੀ ਚਾਹੁੰਦੇ? ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਮੈਂ ਇਹੀ ਕਰਾਂਗਾ, ਜੇਕਰ ਬਹੁਜਨ ਸਮਾਜ ਪਾਰਟੀ ਦਾ ਮੈਨੂੰ ਨੁਮਾਇੰਦਾ ਬਣਾਇਆ ਜਾਂਦਾ ਜਾਂ ਕਿਸੇ ਦੂਸਰੇ ਨੂੰ ਵੀ ਬਣਾਇਆ ਜਾਂਦਾ ਬਹੁਜਨ ਸਮਾਜ ਪਾਰਟੀ ਨੂੰ, ਤਾਂ ਤੁਸੀਂ ਜਿਹੜੀ ਵੋਟ ਹੈ ਉਹ ਸੰਵਿਧਾਨ ਨੂੰ ਮੁੱਖ ਰੱਖ ਕੇ, ਲੋਕਤੰਤਰ ਨੂੰ ਮੁੱਖ ਰੱਖ ਕੇ ਔਰ ਇਸ ਸਾਂਝੀਵਾਲਤਾ ਦੇ ਸੰਦੇਸ਼ ਜੋ ਗੁਰੂਆਂ ਦਾ ਸੰਦੇਸ਼ ਆ ਜਿਹਨੂੰ ਅਸੀਂ ਸੈਕੂਲਰਿਜ਼ਮ ਕਹਿੰਦੇ ਹਾਂ ਉਹਨੂੰ ਦੇਖ ਕੇ ਵੋਟ ਪਾਉਣੀ ਹੈ। ਇਹ ਕਾਂਗਰਸਵਾਦੀ ਜਿਹੜੀ ਮਨੂਵਾਦੀ ਔਰ ਪੂੰਜੀਵਾਦੀਆਂ ਦੀ ਪਾਰਟੀ ਹੈ, ਬੀਜੇਪੀ ਜਿਹੜੀ ਮਨੂਵਾਦੀ ਔਰ ਜਾਤੀਵਾਦੀ ਔਰ ਪੂੰਜੀਵਾਦੀਆਂ ਦੀ ਪਾਰਟੀ ਹੈ, ਔਰ ਨਵੀਂ ਠੱਗ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆਈ ਹੈ, ਇਹਨਾਂ ਤੋਂ ਬਚ ਕੇ ਰਹੋ, ਇਹਨਾਂ ਨੇ ਤੁਹਾਨੂੰ ਵੇਚ ਦੇਣਾ, ਤੁਹਾਡੀਆਂ ਜ਼ਮੀਨਾਂ ਨੂੰ ਵੇਚ ਦੇਣਾ। ਅੱਜ ਆਮ ਆਦਮੀ ਪਾਰਟੀ 2 ਸਾਲ ਤੋਂ ਸਰਕਾਰ ਚੱਲਦੀ ਹੈ, ਕੀ ਪੰਜਾਬ ਵਿੱਚ ਡਰੱਗ ਬੰਦ ਹੋ ਗਈ, ਨਸ਼ੇ ਬੰਦ ਹੋ ਗਏ ਪੰਜਾਬ 'ਚ, ਗੁੰਡਾਗਰਦੀ ਬੰਦ ਹੋ ਗਈ, ਰੋਜ਼ ਗੋਲੀ ਚੱਲਦੀ ਆ, ਰੋਜ਼ ਬੱਚੇ ਮਾਰੇ ਜਾ ਰਹੇ ਆ, ਕੌਣ ਜ਼ਿੰਮੇਦਾਰ ਹੈ ਇਹਦਾ? ਬਿਆਨ ਵੱਡੇ ਵੱਡੇ ਦਿੱਤੇ ਜਾ ਰਹੇ ਆ, ਓਪੋਜੀਸ਼ਨ ਦੇ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਜਿਹੜੀ ਜਗੀਰੂ ਮਾਨਸਿਕਤਾ ਆ, ਜਾਤੀਵਾਦੀ ਮਾਨਸਿਕਤਾ, ਇੱਕ ਗਰੀਬ ਵਰਗ ਦੀ ਪਾਰਟੀ ਆ, ਜੇਕਰ ਉਹ ਆਪਣੀ ਕਾਮਯਾਬੀ ਲਈ ਕੰਮ ਕਰ ਰਹੀ ਹੈ ਤਾਂ ਉਸਦੇ ਉਮੀਦਵਾਰਾਂ ਨੂੰ ਧਮਕਾ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸੋਚਿਆ ਸੀ ਬਦਲਾਵ ਲੈ ਕੇ ਆਵਾਂਗੇ, ਲੇਕਿਨ ਉਹਦਾ ਕਾਂਗਰਸ ਤੋਂ ਵੀ ਭੈੜੀ ਨਿਕਲੀ, ਉਹ ਅਕਾਲੀਆਂ ਤੋਂ ਵੀ ਭੈੜੀ ਨਿਕਲੀ, ਉਹ ਬੀਜੇਪੀ ਤੋਂ ਵੀ ਭੈੜੀ ਨਿਕਲੀ। ਤੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਬਹੁਜਨ ਸਮਾਜ ਪਾਰਟੀ ਨੂੰ ਤੁਸੀਂ 70 ਸਾਲ ਤੋਂ ਇਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਆ ਰਹੇ ਹੋ, ਇੱਕ ਵਾਰੀ ਬਦਲ ਕੇ ਦੇਖੋ, ਮਾਹੌਲ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਜੇ ਬਦਲੂਗੇ ਤਾਂ ਮਾਹੌਲ ਬਦਲੇਗਾ, ਨਹੀਂ ਤਾਂ ਸਟੇਟਸ ਕੋ ਜਿੱਦਾਂ ਚੱਲਦਾ ਉਹੀ ਰਾਜੇ ਰਜਵਾੜੇ, ਉਹ ਕਦੀ ਕਾਂਗਰਸ 'ਚ ਵੜ ਜਾਂਦੇ ਆ, ਕਦੀ ਬੀਜੇਪੀ 'ਚ। ਰਾਜਕੁਮਾਰੀ ਲੈ ਲਓ, ਡਾਕਟਰ ਰਾਜਕੁਮਾਰ ਪਹਿਲਾਂ ਬੀਜੇਪੀ 'ਚ ਗਿਆ,
ਬੀਜੇਪੀ ਝੂਠੇ ਲੈਂਦਾ ਰਿਹਾ, ਫਿਰ ਕਾਂਗਰਸ ਚਲਾ ਗਿਆ, ਹੁਣ ਕਾਂਗਰਸ ਉਹਦਾ ਡਰ ਨਹੀਂ ਲੱਗਦਾ ਦਿਖਿਆ, ਲੋਕ ਆਮ ਆਦਮੀ ਪਾਰਟੀ 'ਚ ਆ ਗਏ। ਅਤੇ ਜੇ ਲੋਕ ਫਿਰ ਵੀ ਇਹੋ ਜਿਹੇ ਬੰਦੇ ਨੂੰ ਵੋਟ ਪਾਉਂਦੇ ਆ ਤਾਂ ਲੋਕਤੰਤਰ ਦੀ ਬਹੁਤ ਹੀ ਜਿਹੜੀ ਹੈ ਮਾੜੀ ਗੱਲ ਹੋ ਗਈ। ਅਸੀਂ ਚਾਹੁੰਦੇ ਹਾਂ ਟਕਸਾਲੀ ਲੋਕ ਜਿਹੜੀ ਆਪਣੀ ਸਾਰੀ ਉਮਰ ਇੱਕ ਵਿਚਾਰਧਾਰਾ ਦੀ ਸੇਵਾ ਵਿੱਚ ਲਗਾ ਰਹੇ ਨੇ, ਇਹੋ ਜਿਹੇ ਲੋਕਾਂ ਨੂੰ ਮੌਕਾ ਦਿੱਤਾ ਜਾਵੇ। ਕਾਂਚੀ ਰਾਮ।